ਮੋਬਾਈਲ ਆਪਣੀ ਗੱਡੀ ਜਾਇਆ ਕਰੋ, ਦੁੱਧ ਕਾਰਡ ਸਵਾਈਪ ਕਰੋ, ਆਟੋਮੈਟਿਕ ਜਿੰਨਾ ਲੋਡ ਹੈ ਤੁਸੀਂ ਖਰੀਦ ਸਕਦੇ ਹੋ ਹਨਾ। ਹਾਲਾਤਾਂ ਚੋਂ ਨਾ ਤੁਸੀਂ ਯਕੀਨ ਮੰਨੋ ਗੁਰਦੀਪ ਜੀ, ਮੈਂ ਨਾ ਕਾਪੀ ਹੈ ਜਿਹੜੀ ਉਹਦੇ ਅੱਖਰ ਐ ਇੱਕ ਥੁਣ ਥੁਣ ਲਿਖਦਾ ਹੁੰਦਾ ਸੀ ਵੀ ਇੰਨੀ ਕੁ ਗਰੀਬੀ ਦੇਖੀ ਹੈ ਮੈਂ, ਕਾਪੀ ਨਹੀਂ ਖਰੀਦ ਸਕਦੇ 10 ਰੁਪਿਆਂ ਦੀ। ਜਿਹੜੀ ਹੁਣ ਪਰਮਾਤਮਾ ਦੀ ਮਿਹਰ, ਮੈਂ 10 ਲੱਖ ਦੇ ਸੌਦੇ ਕਰ ਦਿੰਦਾ, ਤੁਸੀਂ 10 ਗਾਈਆਂ ਰੱਖੀਆਂ ਤਾਂ 50,000 ਰੁਪਇਆ ਤੁਹਾਨੂੰ ਬਚਦਾ ਪਰ ਮੰਥ ਦਾ ਜੀ। ਮੈਂ ਕਹਿੰਦਾ ਕੋਈ ਵੀ ਨੌਕਰੀ ਲੱਗ ਜਾਓ ਗਜਟਡ ਅਫਸਰ ਨੂੰ ਛੱਡ ਕੇ, ਉਹਨੂੰ 1 ਲੱਖ ਬਚਦਾ, ਦੂਜਾ ਨੂੰ 50 ਬਚਦਾ। 19 ਕਿੱਲਿਆਂ ਦਾ ਸਾਈਲੇਜ ਹੈ ਜੀ, 7 ਤੋਂ 8 ਲੱਖ ਦੇ ਕਰੀਬ ਇਹਦੇ ਤੇ ਖਰਚ ਹੋ ਗਿਆ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਦੇ ਉੱਤੇ। ਸੋ ਆਪਾਂ ਨੂੰ ਬਹੁਤ ਸਾਰੇ ਵੀਰਾਂ ਭਰਾਵਾਂ ਦੇ ਕਮੈਂਟ ਆਉਂਦੇ ਰਹਿੰਦੇ ਆ ਜੀ ਕਿ ਤੁਸੀਂ ਫੁੱਲ ਫਾਰਮ ਦਿਖਾਓ, ਫੁੱਲ ਇਨਫੋਰਮੇਸ਼ਨ ਦਿਓ। ਅਤੇ ਆਪਾਂ ਅੱਜ ਮਾਸਟਰ ਜੀ ਹੋਰਾਂ ਕੋਲ ਪਹੁੰਚੇ ਹੋਏ ਹਾਂ ਅਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਫੁੱਲ ਇਨਫੋਰਮੇਸ਼ਨ ਦੇਵਾਂਗੇ ਜੀ, ਸਾਰੀ ਜਾਣਕਾਰੀ ਦੇਵਾਂਗੇ ਫਾਰਮ ਬਾਰੇ। ਸੋ ਵੀਡੀਓ ਥੋੜ੍ਹੀ ਲੰਬੀ ਹੋਊ, ਸਕਿੱਪ ਨਾ ਕਰਿਓ, ਸਾਰੀ ਵੀਡੀਓ ਦੇਖਿਓ। ਕਾਰਨ ਇਹਦੇ ਵਿੱਚ ਇਹ ਹੈ ਕਿ ਇਨਫੋਰਮੇਸ਼ਨ ਇਹਦੇ ਵਿੱਚ ਇਸ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਜੀ, ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਮਾਸਟਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰੇ ਚੈਨਲ ਦੇਖ ਰਹੇ ਭਰਾਵਾਂ ਨੂੰ ਤੇ ਤੁਹਾਡਾ ਵੀ ਸਵਾਗਤ ਹੈ ਜੀ ਪਹੁੰਚਣ ਤੇ। ਤੇ ਆਪਾਂ ਹੁਣ ਜਿਵੇਂ ਤੁਸੀਂ ਕਿਹਾ ਨਾ, ਕਰਦੇ ਹਾਂ ਗੱਲਬਾਤ ਪੂਰੀ ਵੀਡੀਓ ਦੀ, ਆਜੋ ਜੀ ਆਪਾਂ ਚੱਲਦੇ ਹਾਂ ਫਾਰਮ ਵੱਲ ਜੀ। ਸਭ ਤੋਂ ਪਹਿਲਾਂ ਤਾਂ ਜੀ ਆਪਾਂ ਗੱਲ ਕਰਾਂਗੇ ਵੀ ਫਾਰਮ ਸ਼ੁਰੂ ਕਰਨ ਦੀ। ਕਈ ਲੋਕਾਂ ਦੇ ਨਾ ਮੈਂ ਦੇਖਿਆ ਜੀ, ਮੈਂ ਐਵਰੇਜ ਕੱਢੀ ਹੈ ਵੀ ਇੱਕ ਗਾਂ ਹੈ ਜਿਹੜੀ ਇੱਕ ਮਹੀਨੇ ਦਾ 5,000 ਰੁਪਇਆ ਬਚਾਉਂਦੀ ਹੈ ਜੀ। ਜੀ, ਇੱਕ ਗਾਂ 5,000 ਰੁਪਇਆ ਬਚਾਉਂਦੀ ਹੈ। ਇੱਕ ਵੀਰ ਮੇਰੇ ਕੋਲ ਮੁੰਡਾ ਹੈ, ਮੈਂ ਤੁਹਾਨੂੰ ਲਾਈਵ ਉਹਦੀ ਵੀਡੀਓ ਕਰਾਂਗੇ ਆਪਾਂ ਜੀ, ਉਹ ਤਾਂ ਬਚਾਉ 10 ਉਹਨੂੰ। ਵੈਸੇ ਆਪਾਂ 5 ਦੀ ਗੱਲ ਕਰਦੇ ਹਾਂ ਵੀ ਮਿਨੀਮਮ 5,000 ਤੋਂ ਘੱਟਦੀ ਨਹੀਂ ਇੱਕ ਗਾਂ ਜੀ। ਤੁਸੀਂ 10 ਗਾਈਆਂ ਰੱਖੀਆਂ ਤਾਂ 50,000 ਰੁਪਇਆ ਤੁਹਾਨੂੰ ਬਚਦਾ ਪਰ ਮੰਥ ਦਾ ਜੀ। ਮੈਂ ਕਹਿੰਦਾ ਕੋਈ ਵੀ ਨੌਕਰੀ ਲੱਗ ਜਾਓ ਗਜਟਡ ਅਫਸਰ ਨੂੰ ਛੱਡ ਕੇ, ਉਹਨੂੰ 1 ਲੱਖ ਬਚਦਾ, ਦੂਜਾ ਨੂੰ 50 ਬਚਦਾ। ਵੀ ਇਹ ਕੋਈ ਕੰਮ ਮਾੜਾ ਨਹੀਂ, ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਜੀ ਸਾਰੀ। ਜਿਵੇਂ ਹੁਣ ਆਪਾਂ ਫਾਰਮ 'ਤੇ ਆ ਰਹੇ ਹਾਂ ਤੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜੀ। ਪਹਿਲਾਂ ਆਪਾਂ ਇੱਥੇ ਪਹੁੰਚ ਰਹੇ ਹਾਂ, ਆਪਣਾ ਖੇਤ ਹੈ ਜੀ ਇੱਥੇ, ਟੋਟਲ 2 ਕਿੱਲੇ ਜ਼ਮੀਨ ਹੈ। ਤੇ ਆਹ ਮੈਂ ਹੁਣ ਵੀਰ ਨੂੰ ਕਿਸੇ ਨੂੰ ਠੇਕੇ ਤੇ ਵਜਾਤਾ ਵਾਹਣ, ਹਨਾ, ਆਪਾਂ ਮੱਕੀ ਵੱਢ ਕੇ। ਅੱਛਾ ਜੀ। ਤੇ ਆਹ ਆਪਣਾ ਫਾਰਮ ਪਾਇਆ ਹੋਇਆ ਜੀ, ਫਾਰਮ ਆਪਣਾ 1 ਕਨਾਲ ਦੇ ਵਿੱਚ ਪਾਇਆ ਹੋਇਆ ਜੀ, 50 ਫੁੱਟ ਚੜਾਈ ਆ, 100 ਫੁੱਟ ਲੰਬਾਈ ਹੈ। ਤੇ ਉਸ ਤੋਂ ਪਿੱਛੇ ਲਗਭਗ 19 ਪੌਣੀ 1 ਕਨਾਲ ਆਪਾਂ ਸਾਈਲੇਜ ਲਈ 4 ਹੀ ਪਾਤਾ। ਸਹੀ, ਪੌਣੀ ਕਨਾਲ ਪਾਇਆ ਹੋਇਆ ਲਗਭਗ ਜੀ। ਦੇਖੋ ਹਨਾ, ਊਂ ਆਪਾਂ ਐਗਜੈਕਟ ਤਾਂ ਹੈ ਨੀ, ਜਿਵੇਂ ਟੋਏ ਆਪਣੇ ਚੜਾਈ ਹੈਗੀ 60 ਫੁੱਟ ਜੀ ਉਧਰ ਨੂੰ ਜੀ, ਤੇ ਇਧਰ ਨੂੰ ਵੀ ਆਹ ਹੈਗਾ ਜੀ 15, 15, 30 ਤੇ 20, 50 ਕੁ ਫੁੱਟ 60x60 ਦੀ ਮੰਨ ਲਓ ਜੀ ਸਾਈਲੇਜ ਲਈ ਆਪਾਂ ਪਿੱਟ ਬਣਾਇਆ, ਸਾਈਲੋ ਜੀ ਜਿਹਨੂੰ ਕਹਿੰਦੇ ਆ। ਹੁਣ ਮੇਰੇ ਕੋਲੇ ਜੀ 23 ਪਸ਼ੂ ਹੋ ਗਏ ਹੁਣ ਅੱਜ ਦੀ ਡੇਟ 'ਚ ਜੀ, ਤੇ ਮੇਰਾ ਸਾਈਲੇਜ ਇਹ ਹੈਗਾ ਜੀ ਲਗਭਗ 30 ਪਸ਼ੂਆਂ ਦਾ। ਇਹ 30 ਪਸ਼ੂਆਂ ਦਾ ਆਪਣੇ ਕੋਲ ਪੂਰੇ ਸਾਈਲੇਜ ਸਾਲ ਦਾ ਜੀ, ਹਾਂ ਲਗਭਗ ਇਹ 19 ਕਿੱਲਿਆਂ ਦਾ ਸਾਈਲੇਜ ਹੈ ਜੀ ਜੀ। 7 ਤੋਂ 8 ਲੱਖ ਦੇ ਕਰੀਬ ਇਹਦੇ ਤੇ ਖਰਚ ਹੋ ਗਿਆ। 7 ਤੋਂ ਲੈ ਕੇ 8 ਲੱਖ ਆਪਾਂ ਗੱਲ ਕਰਦੇ ਕਿੰਨੇ ਕਿੰਨੇ ਕਿੱਲਿਆਂ ਦਾ ਪਾਇਆ ਜੀ ਇਹ ਟੋਟਲ? ਲਗਭਗ ਵੀ 20 ਕਿੱਲਿਆਂ ਦੀ ਮੰਨ ਲਓ ਤੁਸੀਂ, 20 ਕਿੱਲਿਆਂ ਦਾ ਹੈ। ਹਾਂ 20 ਕਿੱਲਿਆਂ ਦਾ। ਦੇਖੋ ਮੈਂ ਸ਼ੁਰੂ ਦੇ ਵਿੱਚ ਹੀ ਗੱਲ ਕਰ ਲਈ ਸੀ, ਆਪਣਾ ਮਿੱਤਰ ਸਤਵਿੰਦਰ ਮੁੰਡਾ ਕਾਲੂ ਕਾਲੂ, ਸ਼ਾਇਦ ਪਹਿਲਾਂ ਵੀਡੀਓ ਵੀ ਕਵਰ ਕਰੀ ਉਹਦੀਆਂ ਜੀ, ਜਿਹੜੀ ਡਬਲ ਰੋ ਵਾਲੀ ਮਸ਼ੀਨ ਲੈ ਕੇ ਉਹਨੂੰ ਐਡਵਾਂਸ ਦੇ ਵਿੱਚ 50,000 ਰੁਪਇਆ ਦੇਤਾ ਸੀ ਵੀ ਭਾਈ ਬੁੱਕ ਕਰ ਲਾ ਮੇਰਾ ਸਾਈਲੇ ਜੀ, 230 ਰੁਪਏ ਕੁਇੰਟਲ ਆਪਾਂ ਬੁੱਕ ਕਰ ਲਿਆ ਜੀ। ਮੈਨੂੰ ਕਹਿੰਦਾ ਭਾਈ ਮੈਂ ਬੀਜੂਗਾ ਵੀ ਜਿਹੜੀ ਤੈਨੂੰ ਮੱਕੀ ਪਸੰਦ ਆਊ ਤਾਂ ਤੂੰ ਮੈਨੂੰ ਹਾਂ ਕਹਿ ਦੀ, ਆਪਾਂ ਉਹਦੇ ਲੈ ਆਵਾਂਗੇ ਜੀ। ਥੋੜਾ ਜਿਹਾ ਮੈਨੂੰ ਕਾਹਲੀ ਹੋ ਗਈ, ਉਹਨੂੰ ਮੱਕੀ ਪਾਈਨਰ ਦਾ ਬੀ ਨਹੀਂ ਮਿਲਿਆ। ਜੀਵਨ ਸਿੰਘ ਵਾਲਾ ਪਿੰਡ ਆਈ ਇੱਥੋਂ ਲਗਭਗ 10-12 ਕਿਲੋਮੀਟਰ, ਤੇ ਮੈਂ ਉੱਥੇ ਮੈਨੂੰ ਕਹਿੰਦਾ ਭਾਈ ਮੈਂ ਮੱਕੀ ਦਿਖਾਉਣਾ ਦਿਖਾਈ, ਤੇ ਉਹ ਰੇਟ ਥੋੜੀ ਜਿਹੀ ਸਾਨੂੰ ਪਈ ਮਹਿੰਗੀ। ਜ਼ਿਮੀਂਦਾਰ ਕਹਿੰਦਾ ਵੀ ਮੈਂ ਇਹਦੂ ਘੱਟ ਦੇ ਨਹੀਂ ਸਕਦਾ, ਉਹ ਆਪਾਂ ਉਹਨਾਂ ਤੋਂ 255 ਰੁਪਏ ਕੁਇੰਟਲ ਉੱਥੋਂ ਵੱਢੀ ਹੈ, ਮੰਨ ਕੇ ਚੱਲੋ 320 ਦੀ ਆਪਾਂ ਨੂੰ ਇੱਥੇ ਪਹੁੰਚ ਹੋਈ ਹੈ ਜੀ। ਤੇ ਇੱਕ ਦੋ ਦੋਸਤ ਆ ਫਾਰਮਰ ਆਪਣੇ ਸੀਨੀਅਰ ਵੀ ਹੈਗੇ ਕਾਫੀ, ਮੈਂ ਉਹਨਾਂ ਨਾਲ ਵੀ ਗੱਲਬਾਤ ਕਰੀ, ਮੈਂ ਕਿਹਾ ਜੀ ਮੈਂ ਇਹੀ ਸਾਈਲੇ ਪਾਉਣਾ, ਦੇਖਣ ਵੀ ਆਏ ਬਾਈ ਅਵਤਾਰ ਹੁਣੀ ਗੁਰਪਿਆਰਾ ਡਾਕਟਰ ਇੱਥੇ ਹਨਾ, ਕਹਿੰਦੇ ਯਾਰ ਤੂੰ ਮਾਸਟਰ ਧੱਕਾ ਕਰੀ ਜਾਂਦਾ, ਬਾਹਲਾ ਮਹਿੰਗਾ ਲਈ ਜਾਂਦਾ 4। ਅੱਛਾ, ਮੈਨੂੰ ਵਧੀਆ ਲੱਗਿਆ ਜੀ, ਮੈਂ ਉੱਥੋਂ ਲਗਭਗ 11 ਕਿੱਲਿਆਂ ਦਾ ਸਾਈਲੇ ਲਿਆਇਆ, ਆਹ 2 ਪਿੱਟ ਭਰੇ ਆ 11 ਕਿੱਲਿਆਂ ਦਾ ਜੀ ਜਿਹੜਾ। ਤੇ ਜਿੱਦੇ ਮੈਂ ਸੌਦਾ ਕਰਿਆ ਮੇਰੇ ਕੋਲ 11,000 ਹੈ ਹੀ ਨਹੀਂ ਸੀ। ਅੱਛਾ ਜੀ, ਤੁਸੀਂ ਉਹਦੋਂ ਆਪੀ ਜਿਵੇਂ ਕਹਿੰਦੇ ਹੁੰਦੇ ਜਿਗਾੜ ਹੋ ਜਾਂਦਾ ਜੀ, ਕੁਛ ਬਾਈ ਤੋਂ, ਮੇਰਾ ਵੱਡਾ ਭਾਈ ਫੌਜੀ ਉਹ ਤੋਂ ਲੈ ਲਏ, ਕੁਛ ਦੋਸਤਾਂ ਤੋਂ ਜਾਂ ਉਹਨਾਂ ਤੋਂ ਮੰਗ ਤੰਗ ਕੇ ਪੂਰੇ ਕਰਤੇ। ਹੁਣ ਮੈਂ ਇੱਕ ਸਿਰਫ 1 ਲੱਖ ਰੁਪਇਆ ਦੇਣਾ, ਸਾਈਲੇਜ ਮੇਰਾ ਪਿਆ 8 ਲੱਖ ਦਾ, 7 ਲੱਖ ਰੁਪਇਆ ਦੁਬਾਰਾ ਮੈਂ ਦੇ ਚੁੱਕਿਆ। 7 ਲੱਖ ਰੁਪਇਆ ਇਹ 7 ਦਾ ਮੈਨੂੰ ਪਤਾ, 21 ਇਕੱਠਾ ਕਰਕੇ ਦੇ ਦੂ ਮੈਨੂੰ ਇਹ ਸਾਈਲੇਜ ਹਨਾ ਜੀ। ਆ ਜਾਓ ਆਪਾਂ ਅੱਗੇ ਕਰਦੇ, ਕਿਵੇਂ ਜੀ ਉਹ ਕਿਵੇਂ ਤੁਸੀਂ ਉਹਦੇ ਕਿਵੇਂ ਤਾਂ ਜੀ ਹੁਣ ਜਿਹੜੀ ਇਹਦੀ ਕੁਆਲਿਟੀ ਹੈ ਆਪਾਂ ਪਹਿਲਾਂ ਵੀ ਗੱਲਬਾਤ ਕਰੀ, ਅੱਜ ਮੈਂ ਤੁਹਾਨੂੰ ਦਿਖਾ ਦਿੰਦਾ।
मेरा हजे समा नहीं लग्या, पीडीएस ने लैब खोलती है, प्रोटीन वगैरह सारा कुछ चेक कर देंगे। ये कितने खोली है जी लैब? ये अपना पीडीएफ दे दफ्तर है जरा मुलापुर। अच्छा जी, आ इन्नी एक बढ़िया चीज है ना, ये पिछले बार मॉइस्चर बढ़ गया सी। अच्छा जी, आ साइले है जरा जी, जे यह 10 तो 10 लीटर वाली मज्जा ते 15 लीटर वाली गायों नु आ खवाई जो कल्ला पानी पे दो कासी लोड़ी। नहीं एक ना ये थे एक सवाल आंदा हुंदा गा। हां जी, भी जिमे कहंदे अगला कहंदा यार भी जिमे अपनी जेड़ी पंजाब दी धरती है ना, हां जी, भी ओदे ते हरा चारा हुंदा गा, भी यार तुसी मौसमी जिमे हरा चारा जो भी हुंदे जिमे बरसीम होगी, मक्की होगी जां चरी होगी है ना, भी तुसों नूं मौसमी हरा चारा क्यों नहीं पाउंदेगे तुसी, भी तुसी गलिया सड़िया इह साइलेज क्यों पाउणे आ, तुहाडा की कहना? बिल्कुल जी बिल्कुल बिल्कुल, एवें तुहाडी गल च गल है। साडे इक सत्कारयोग है, चलो बजुर्ग हैगे अपने ताई लगदे आ, कहिंदा यार मास्टर मैनूं इक गल दस, मेरे कोले आया स्पेशली, कहिंदा यार तेनू रोटियां टिफिन च पा के दे दे, कह तू सारा साल खाई जा यार, किवें खा लेगा, ते तू कहना भी 4000 ते किथे, कहिंदा रोज वढ के पाओ। इत्थे गल आउंदी है जी, देखो मैनूं तरस आ जांदा कई वारी हालातां चो ना, तुसीं यकीन मन्नो करदीप जी, मैं ना कापी है जिहड़ी ओहदे अक्खर ऐ इक थुन थुन लिखदा हुंदा सी, वी इन्नी क गरीबी देखी है मैं, कापी नहीं खरीद सकदे 10 रुपयां दी, जिहड़ी हुण परमात्मा दी मेहर मैं 10 लाख दे सौदे कर दिंदा, ਘਰੇ ਵੀ ਨੀ ਪੁੱਛਦਾ, ਉਦੋਂ ਬਾਅਦ ਚ ਪਤਾ ਲੱਗਦਾ ਵੀ ਕੀ ਹੈ ਨਾ। ਸੋ ਮਿਹਨਤ ਆ ਜੀ, ਪਹਿਲੇ ਮਿਹਨਤ ਦੇਖੋ, ਮਿਹਨਤ ਤੇ ਗੱਲ ਆ ਗਈ ਜੀ। ਹੁਣ ਸਭ ਤੋਂ ਵੱਡੀ ਗੱਲ ਬਾਹਰਲੇ ਦੇਸ਼ਾਂ ਚ ਅਗਲਾ ਕਹਿੰਦਾ ਪੈਸਾ ਬਚਦਾ ਜੀ, ਬੱਚੇ ਨੂੰ ਬਾਹਰ ਭੇਜ ਦਿਓ ਸੇਫ ਹੈ, ਉਹਨਾਂ ਦੀ ਐਵਰੇਜ ਆ ਇੱਕ ਹਫਤੇ ਦੀ 72 ਘੰਟੇ ਕੰਮ ਕਰਨਾ, ਆਪਣੀ ਕਿੰਨੀ ਹੈ 40 40 ਠੀਕ ਹੈ 48 ਮੈਕਸਿਮਮ, ਜੇ ਆਪਾਂ ਜੁੜ ਗਏ ਆਪਣੇ 8 ਘੰਟੇ ਕੰਮ ਕਰਦੇ ਆ, ਉਧਰ 12 ਘੰਟੇ ਕੰਮ ਕਰਦੇ ਆ, ਉਹ ਵੱਖਰੀ ਗੱਲ ਆ ਵੀ ਉਧਰ ਥੋੜਾ ਕੰਮ ਈਜ਼ੀ ਆ, ਟੈਕਨੀਕਲ ਕੀਤਾ ਵੇ ਉਹਨਾਂ ਨੇ ਅਪਰੋਚ ਵੀ ਉਹ ਸੌਖਾ ਹੋ ਜਾਂਦਾ, ਉਹ ਅਲੱਗ ਅਲੱਗ ਹੈ ਜੀ ਕੰਮ, ਅਲੱਗ ਅਲੱਗ ਥਾਵਾਂ ਤੇ ਔਖਾ ਵੀ ਬਹੁਤ ਹੈ, ਔਖਾ ਵੀ ਬਹੁਤ ਹੈ ਜੀ ਸਿਸਟਮ। ਮੈਂ ਕਹਿੰਦਾ ਵੀ ਤੁਸੀਂ ਬਾਹਰ ਜਾਣ ਦੀ ਬਜਾਏ ਜੇ ਇੱਥੇ ਸਹੀ ਇਨਵੈਸਟਮੈਂਟ ਕਰੋ, ਸਹੀ ਮਿਹਨਤ ਕਰੋ, ਤੂੰ ਯਕੀਨ ਮੰਨੋ ਜੀ ਮੈਂ 20-22 ਘੰਟੇ ਨਾ, ਹੁਣ ਰੋਟੀ ਮੈਂ ਤੁਸੀਂ ਜੋ 10 ਮਿੰਟ ਲਾ ਹੁਣ ਖਾਧੀ, ਮੈਂ ਸਵੇਰ ਦੀ ਰੋਟੀ ਲਗਭਗ 4 ਵਜ ਗਏ। ਅੱਛਾ ਜੀ, ਉਹ ਨਹੀਂ ਲੱਗਿਆ ਕੰਮ ਜੀ, ਕੰਮ ਚ ਜੀ ਸਵੇਰੇ ਸਕੂਲ ਚ ਗਏ ਜੀ, ਉੱਥੇ ਥੋੜਾ ਜਿਹਾ ਪੈਂਡਿੰਗ ਬਿੱਲ ਬੁੱਲ ਜੇ ਪਏ ਸੀ ਸਾਡੇ ਕੰਮ। ਚਲੋ ਉਹ ਗੱਲਾਂ ਨੂੰ ਛੱਡੋ ਜੀ, ਆਪਾਂ ਇਹ ਕਹਿੰਦੇ ਆ ਵੀ ਯਾਰ ਤੁਸੀਂ ਮਿਹਨਤ ਕਰੋ, 16 ਘੰਟੇ ਮਿਹਨਤ ਕਰ ਲਓ। ਮੈਂ ਕਹਿੰਦਾ ਜਿਹੜਾ ਬੰਦਾ 16 ਘੰਟੇ ਆਪਦੇ ਕੰਮ ਲਈ ਮਿਹਨਤ ਕਰਦਾ ਨਾ, ਉਹਦੀ ਆਮਦਨ 2-2.5 ਲੱਖ ਤੋਂ ਘੱਟ ਹੋਣੀ ਨਹੀਂ ਮਹੀਨੇ ਦੀ। ਮੈਨੂੰ ਕਹਿੰਦੇ ਤੂੰ ਰਿਸਕ ਲੈ ਲੈਣਾ, ਐਡੇ ਵੱਡੇ ਰਿਸਕ ਆ, ਕੀ ਕਰ ਲੇਗਾ ਤੂੰ, ਕੀ ਖੱਟ ਲੇਗਾ। ਸੋ ਮੈਂ ਦੱਸ ਦਿਆਂ ਜੀ ਥੋੜਾ ਜਿਹਾ, ਆਪਾਂ ਅਗਲੇ ਮਹੀਨੇ ਏਟੀਐਮ ਜਿਵੇਂ ਪੈਸਿਆਂ ਵਾਲੇ ਏਟੀਐਮ ਹੁੰਦੇ ਆ, ਦਿੱਲੀ ਦੇ ਵਿੱਚ ਤਾਂ ਚੱਲਦੇ ਆ, ਪੰਜਾਬ 'ਚ ਮੈਨੂੰ ਮਿਲੇ ਨਹੀਂ, ਮੈਂ ਕੋਸ਼ਿਸ਼ ਕਰੀ ਆ ਬਠਿੰਡੇ ਚੰਡੀਗੜ੍ਹ, ਸ਼ਾਇਦ ਕਹਿੰਦੇ ਇੱਕ ਦਾ ਚੱਲਦਾ, ਮੈਂ ਲੱਭ ਕੇ ਦੇਖਣ ਦੀ। ਤੇ ਉੱਥੇ ਕੀ ਆ ਵੀ ਜਿਵੇਂ ਆਪਾਂ ਏਟੀਐਮ 'ਚੋਂ ਪੈਸੇ ਕਢਾਉਂਦੇ ਆ ਨਾ, ਲੋਕ ਨੂੰ ਜਿਹਨੂੰ ਦੁੱਧ ਚਾਹੀਦਾ ਉਹ ਏਟੀਐਮ ਤੇ ਜਾਵੇ ਤੇ ਦੁੱਧ ਲੈ ਕੇ ਆਵੇ। ਅੱਛਾ, ਹਾਂ ਉਹ ਗੱਲ ਆਉਂਦੀ ਗੱਲ, ਉਹ ਮਹੀਨਿਆਂ 'ਚ ਵਾਹਿਗੁਰੂ ਦੀ ਮਿਹਰ ਹੈ, ਪੂਰਾ ਮੈਂ ਪ੍ਰੋਜੈਕਟ ਤਿਆਰ ਕਰ ਰਿਹਾ ਬਠਿੰਡਾ ਤੇ ਰਿਫਾਇਨਰੀ ਆਪਣੇ ਰਾਮੇ ਟਾਊਨਸ਼ਿਪ ਉੱਥੇ ਬਣੇ ਹੋਏ ਬਠਿੰਡਾ ਕੈਂਟ ਦੇ ਵਿੱਚ, ਉੱਥੇ ਏਟੀਐਮ ਲਾ ਦਾਂਗੇ ਤੇ ਮੋਬਾਈਲ ਆਪਣੀ ਗੱਡੀ ਜਾਇਆ ਕਰੋ, ਦੁੱਧ ਕਾਰਡ ਸਵਾਈਪ ਕਰੋ, ਆਟੋਮੈਟਿਕ ਜਿੰਨਾ ਲੋੜ ਹੈ ਬਿਲਕੁਲ ਪਿਓਰ ਦੁੱਧ ਤੁਸੀਂ ਖਰੀਦ ਸਕਦੇ ਹੋ ਹਨਾ ਜੀ। ਹੁਣ ਜਦੋਂ ਆਪਾਂ ਦੇਖੋ ਜੀ, ਚਾਰ ਆ ਜਿਹੜਾ ਸਾਰਾ ਸਾਲ ਮੇਨ ਮੁੱਦਾ ਇਹੀ ਹੈ, ਤੁਸੀਂ ਗੱਲ ਚੱਲ ਪਈ ਸੀ ਆਪਣੀ ਹਰੇ ਚਾਰੇ ਤੋਂ ਜੀ, ਹਰਾ ਚਾਰਾ ਜੀ ਕੀ ਹੈ, ਉਹਦੀ ਨਿਊਟ੍ਰੀਸ਼ਨਲ ਵੈਲਿਊ ਹੁੰਦੀ ਹੈ ਕਿਸੇ ਦੀ, ਜਿਵੇਂ ਅਗਲਾ ਕਹਿ ਨਹੀਂ ਦਿੰਦਾ ਜਵਾਨੀ 'ਚ ਕੰਮ, ਹੁਣ ਆਪਾਂ ਜਵਾਨੀ ਲਾ ਲਓ ਹਨਾ, ਭੱਜੇ ਫਿਰਦੇ ਆ, ਬਜ਼ੁਰਗ ਤੋਂ ਨਹੀਂ ਭੱਜਿਆ ਜਾਂਦਾ। ਇੱਕ ਆਪਣੇ ਅੰਕਲ ਜੀ ਕੱਲ ਸਪੈਸ਼ਲੀ ਬਠਿੰਡੇ ਤੋਂ ਮਿਲਣ ਆਏ, ਕਹਿੰਦੇ ਪੁੱਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਕੰਮ ਕਰਦੇ ਹੋ, ਵੀ ਬਹੁਤ ਵਧੀਆ ਕੰਮ ਕਰ ਰਹੇ ਆ। ਜਿਵੇਂ ਹੁਣ ਉਧਰਲੀ ਸਾਈਡ ਨਾ ਆਪਾਂ ਕੱਲ ਲਾਇਬ੍ਰੇਰੀ ਦਾ ਉਦਘਾਟਨ ਕਰਿਆ, ਹਾਂਜੀ ਸ਼ਾਇਦ ਇਹਦੇ ਵਿੱਚੋਂ ਇੱਕ ਕਨਾਲ ਆਪਾਂ ਡੋਨੇਟ ਕਰਤੀ, ਮੇਰੇ ਵੱਡੇ ਭਾਈ ਵੀ ਕਹਿੰਦੇ ਅੱਛਾ ਜੀ, ਪਿਛਲੇ ਲਾਇਬ੍ਰੇਰੀ ਲਈ ਡੋਨੇਟ ਕੀਤੀ, ਡੋਨੇਟ ਕੀਤੀ ਹੈ ਜੀ, ਆਪਣੇ ਬਹੁਤ ਸੋਹਣਾ ਗੱਲਬਾਤ ਹੋਈ ਹੈਗਾ ਜੀ। ਤੇ ਉਹ ਕਹਿੰਦਾ ਮੈਂ ਨਾ ਪਿਛਲੇ ਆਪਣੇ ਮਾਨਖਾਨਾ ਪਿੰਡ ਹੈ, ਉੱਥੇ ਗਏ ਤੇ ਉੱਥੇ ਭੈਣ ਸੈਸ਼ਨ ਦੀ ਅਵਾਰਡ ਵੀ ਮਿਲਿਆ, ਕੱਲ ਵੀ ਉਹਨੂੰ ਅਵਾਰਡ ਮਿਲਿਆ। ਤੇ ਉਹ ਕਹਿੰਦੇ ਵੀ ਤੁਸੀਂ ਪਿੰਡ ਲਈ ਇੰਨੇ ਵਧੀਆ ਕੰਮ ਕਰਿਆ ਤੇ ਲਾਇਬ੍ਰੇਰੀ ਬਣੀ, ਮੈਂ ਉੱਥੇ 10 ਮਿੰਟ ਕੱਢ ਕੇ ਪੜ੍ਹਿਆ। ਦੇਖੋ ਜੀ, ਜੇ ਆਪਾਂ ਨੂੰ ਨੌਲੇਜ ਹੈ, ਕੋਈ ਚੀਜ਼ ਜਾਣਦੇ ਆ ਨਾ, ਲੋਕ ਤਾਂ ਹੀ ਆਪਣੀ ਗੱਲ ਤੇ ਯਕੀਨ ਕਰਨਗੇ। ਉਹ ਲੋਕ ਪਤਾ ਕੀ ਕਰਦੇ ਆ, ਉਦੋਂ ਪਹਿਲਾਂ ਲੱਤਾਂ ਖਿੱਚਦੇ ਆ, ਜਦੋਂ ਉਹਨੂੰ ਪ੍ਰੈਕਟੀਕਲ ਕਰਕੇ ਦਿਖਾਤਾ, ਹੁਣ ਇੱਥੇ ਤੁਹਾਨੂੰ ਦਿਖਾ ਦੂੰ ਕਿੰਨੇ ਲੋਕ ਆਉਂਦੇ ਆ, ਮਾਸਟਰ ਜੀ ਮਾਸਟਰ ਜੀ, ਉਦੋਂ ਪਹਿਲਾਂ ਐਵੇਂ ਮਾਰੀ ਜਾਂਦਾ ਯਾਰ, ਜਦੋਂ ਛੱਡ ਦੇ ਡੁੱਬੂਗਾ, ਇਹ ਡੁੱਬੂਗਾ, ਐ ਹੋ ਜੂ। ਮੈਂ ਕਿਹਾ ਕੀ ਹੋ ਜੂ ਮੇਰੇ ਕੋਲੇ ਜੀ, ਤੁਹਾਨੂੰ ਮੈਂ ਸਹੀ ਦੱਸਾਂ 1.25 ਕਿੱਲਾ ਜ਼ਮੀਨ ਹੀ ਹੈ ਤੇ 1.25 ਕਿੱਲੇ ਦੀ ਪਰਸੋਂ ਰਜਿਸਟਰੀ ਕਰਾ ਲਈ ਅਸੀਂ ਜੀ। ਮੈਂ ਤੇ ਵੱਡੇ ਭਾਈ ਨੇ ਨਾ, ਮਤਲਬ ਮਿਹਨਤ ਆ ਜੀ, ਮੈਨੂੰ ਇਹਨੂੰ ਐ ਕਰੋ ਜੀ, ਤੁਸੀਂ ਮਿਹਨਤ ਆ ਜੀ, ਹਾਂ ਮਿਹਨਤ ਜੀ, ਮੈਂ 20 ਘੰਟੇ ਤੁਸੀਂ ਭੱਜੋ ਹੀ ਰਹਿਣਾ, ਮੈਨੂੰ ਕਹਿੰਦੇ ਕਮਲਾ ਹੋ ਗਿਆ ਇਹ ਹੱਲ ਗਿਆ। ਬਈ ਲੋਕਾਂ ਨੇ ਕਹਿਣਾ ਹੁੰਦਾ ਕਹੀ ਜਾਣ ਦਿਓ, ਆਪਦਾ ਕੰਮ ਸਹੀ ਤਰੀਕੇ ਨਾਲ ਕਰੋ। ਮੈਂ ਤੁਹਾਨੂੰ ਦੱਸਿਆ ਨਾ, ਹਜੇ ਮੈਂ ਘਰੇ ਨਹੀਂ ਗਿਆ, ਸਵੇਰੇ ਮੈਂ 6 ਵਜੇ ਨਿਕਲ ਜਾਣਾ, ਸਕੂਲ ਮੇਰਾ 8 ਵਜੇ ਲੱਗਦਾ, 8 ਤੋਂ 2 ਤੱਕ ਸਕੂਲ ਹੁੰਦਾ, ਮੈਂ ਸ਼ਾਮ ਨੂੰ 9 ਵਜੇ ਘਰੇ ਵੜਦਾ ਜੀ। ਸਾਰਾ ਦਿਨ ਬਾਹਰ ਮਿਹਨਤ, ਜਿਵੇਂ ਦਿਨ ਮਿਹਨਤ ਕਰਦੇ ਹਾਂ, ਮਤਲਬ ਆਪਦਾ ਕੰਮ ਕਰਦੇ ਹਾਂ ਤਾਂ ਹੀ, ਮਤਲਬ ਤਾਂ ਹੀ ਕੁਛ ਨਾ ਕੁਛ ਬਣਦਾ, ਤਾਂ ਹੀ ਕੁਛ ਨਾ ਕੁਛ ਬਣਦਾ ਜੀ। ਸੋ ਵੀ ਜਿੰਨੀ ਤੁਸੀਂ ਬਾਹਰ ਜਾ ਕੇ ਮਿਹਨਤ ਕਰਦੇ ਹੋ, ਘਰਦਿਆਂ ਨੂੰ ਫਾਹੇ ਟਾਂਕੇ, ਮੰਨ ਲਓ ਸੂਲੀ ਜਾ ਟਾਂਕੀ ਕਹਿ ਲਓ, 20-20 ਲੱਖ ਰੁਪਇਆ ਦੇ ਕੇ ਇਹਨੂੰ 20 ਲੱਖ ਇੱਥੇ ਲਾ ਲਓ ਯਾਰ,
ਮੇਰਾ ਹਜੇ 15 ਲੱਗਿਆ ਤੇ ਮੈਂ ਕਹਿੰਦਾ ਮੇਰੀ ਆਮਦਨ 2 ਲੱਖ ਪਲੱਸ ਹੈ ਮਹੀਨੇ ਦੀ ਤੇ ਚਲੋ ਆਪਾਂ ਕਰਦੇ ਹਾਂ ਜੀ ਗੱਲਬਾਤ ਆ ਜਾਓ ਫਰਮ ਵੱਲ ਸੋ ਮੈਂ ਉੱਥੇ ਆਪਾਂ ਗੱਲ ਰੁਕੀ ਹੋਈ ਸੀਗੀ ਜੀ ਸਾਈਲੇਜ ਤੇ ਹਨਾ ਉਹ ਸੌਰੀ ਉਹ ਫਿਰ ਵਿੱਚ ਹੀ ਰਹਿ ਗਈ ਗੱਲ ਵੀ ਹਰਾ ਚਾਰਾ ਜਿਹੜਾ ਉਹਦੀ ਨਿਊਟ੍ਰੀਸ਼ਨ ਵੈਲੀ ਹੈ ਨਾ ਜਿਹੜੀ ਉਹ ਕੁਝ ਕੁ ਦਿਨਾਂ ਦੀ ਹੁੰਦੀ ਹੈ ਜਿਵੇਂ ਮੱਕੀ ਦੀ ਗੱਲ ਕਰੀਏ 55 ਤੋਂ ਲੈ ਕੇ 65 ਦਿਨਾਂ ਦੇ ਵਿੱਚ ਨਾ ਹੀ ਉਹ ਪੱਕਦੀ ਹੈ ਉਦੋਂ ਉਹਦੇ ਵਿੱਚ ਤੱਤ ਇੰਨੇ ਕੁ ਭਰਪੂਰ ਮਾਤਰਾ ਚ ਹੁੰਦੇ ਆ ਜਿਵੇਂ ਗੜਵਾਸੂ ਦੇ ਵਿੱਚੋਂ ਪੈਕੇਜ ਆਉਂਦੇ ਆ ਪੀਡੀਐਫੇ ਦੇ ਵੀ ਪੈਕੇਜ ਆਉਂਦੇ ਆ ਵੀ ਉਹ 15 ਦਿਨ ਹੀ ਰਹਿੰਦੇ ਆ ਜਾਂ ਤਾਂ ਤੁਸੀਂ ਚਾਰਾ ਹਰਾ ਚਾਰਾ 15-15 ਦਿਨਾਂ ਦੇ ਡਿਫਰੈਂਸ ਤੇ ਕਿੱਲਾ ਕਿੱਲਾ ਅੱਧਾ ਅੱਧਾ ਕਿੱਲਾ ਜਾਂ ਕਨਾਲ ਅੱਧੀ ਕਨਾਲ ਪਸ਼ੂਆਂ ਦੇ ਹਿਸਾਬ ਨਾਲ ਬੀਜੀ ਜਾਓ ਉਹ ਟਾਈਮ ਤੇ ਸਟੇਜ ਤੇ ਕੱਟ ਕੇ ਪਾਈ ਜਾਓ ਹੁਣ ਲੇਬਰ ਵਾਲਾ ਜੀ 25 ਪਸ਼ੂ ਆ ਲਗਭਗ ਕੱਲਾ ਬੰਦਾ ਜੇ ਹਰਾ ਵੱਢਣ ਲੱਗ ਜੇ 4 ਕੁਇੰਟਲ ਹਰਾ ਜੀ ਮੰਨ ਕੇ ਉਹਦਾ ਡੇਢ ਘੰਟਾ ਲੱਗ ਜਾਂਦਾ ਹੁੰਦਾ ਜੀ ਹਨਾ ਵੀ ਜਿਹੜਾ ਇੰਨੇ ਏਡੇ ਫਾਰਮ ਆ ਨਾ ਜਿਹੜੇ ਵੱਡੇ ਫਾਰਮਾਂ ਜੀ ਆਪਾਂ ਗੱਲ ਕਰਦੇ ਉੱਥੇ ਪੂਰਾ ਨਹੀਂ ਆਉਂਦਾ ਜੀ ਉੱਥੇ ਪੂਰਾ ਨਹੀਂ ਆਉਂਦਾ ਜੀ ਮੇਰਾ ਵੀ ਕਰਦਾ ਹੈ ਵੀ ਮੈਂ ਪਾਵਾਂ ਤਾਜ਼ਾ ਹਰਾ ਪਾਇਆ ਜਾਵੇ ਵਧੀਆ ਗੱਲ ਹੈ ਵਧੀਆ ਗੱਲ ਪਰ ਉਹ ਕੀ ਆ ਹੁਣ ਜੇ ਮੰਨ ਲਓ ਇੱਕ ਮੌਕੇ ਲੈਟ ਨਹੀਂ ਇੱਕ ਮੌਕੇ ਵੱਢਣ ਨੂੰ ਲੇਟ ਹੋ ਗਿਆ ਉੱਥੇ ਜਿਹੜਾ ਜੇ ਗੈਪ ਪੈ ਗਿਆ ਨਾ ਪਸ਼ੂ ਭੁੱਖੇ ਨਹੀਂ ਜੇ ਇੱਕ ਦਿਨ ਗੈਪ ਪੈ ਗਿਆ 7 ਦਿਨਾਂ ਚ ਪਸ਼ੂ ਉੱਥੇ ਹੁੰਦਾ ਜੇ 22 ਲੀਟਰ ਤੇ ਚੱਲ ਰਹੀ ਹੈ ਗਾਂ ਉਹਨੂੰ ਅੱਜ ਦਾ ਇੱਕ ਡੰਗ ਹਰਾ ਟੁੱਟ ਗਿਆ ਜਾਂ ਇੱਕ ਫੀ ਟੁੱਟ ਗਈ ਤਾਂ ਉਹ ਕੀ ਹੈ ਨਾ ਵੀ ਪਿੱਛੇ ਚਲੇ ਜਾਓ ਹਫਤਾ ਹਫਤਾ ਪਿੱਛੇ ਉਹੀ ਗੈਪ ਪੈ ਜਾਂਦਾ ਮਤਲਬ ਰਿਕਵਰ ਕਰਨ ਵਾਸਤੇ ਇਹਨੂੰ ਟਾਈਮ ਲੱਗਦਾ ਹਾਂ ਆ ਦੇਖੋ ਹੁਣ ਮੈਂ ਤੁਹਾਨੂੰ ਦਿਖਾ ਦਿਆਂ ਆਪਣਾ ਬਾਈ ਭੋਲਾ ਆ ਰਿਹਾ ਮੜਾ ਜਾ ਕਰਿਓ ਆ ਦੇਖੋ ਜੀ ਇਹ ਮੇਰੇ ਕੋਲੇ ਹਜੇ ਪ੍ਰਬੰਧ ਨਹੀਂ ਇੱਥੇ ਫੀਡ ਨੂੰ ਸੰਭਾਲਣ ਦਾ ਇੱਥੇ ਕੀ ਗੱਲਬਾਤ ਹੁੰਦੀ ਹੈ ਨਾ ਮੈਂ ਬਹੁਤ ਪਸ਼ੂਆਂ ਨੂੰ ਮਸਟੈਟਸ ਕਰੀ ਆ ਤੇ ਆ ਹੁਣ ਇੱਕ ਬੋਰੀ ਰੱਖ ਕੇ ਲਿਆਇਆ ਮੋਟਰਸਾਈਕਲ ਤੇ ਅੱਛਾ ਜੀ ਤੇ ਰੇੜੀ ਚੱਲ ਇਹਨੂੰ ਮੈਂ ਬਣਾ ਕੇ ਦਿੱਤੀ ਉਹ ਆ ਜਾਣੀ ਆਪਣੀ ਅੱਛਾ ਜੀ ਤੇ ਆ ਜਾਓ ਜੀ ਉਹ ਕੀ ਹੁੰਦਾ ਪਸ਼ੂਆਂ ਨੂੰ ਆਪਾਂ ਜਿਵੇਂ ਗੱਲ ਕਰਦੇ ਸੀ ਇੱਥੇ ਮੈਂ ਫੀਡ ਦਾ ਪੂਰਾ ਪ੍ਰਬੰਧ ਨਹੀਂ ਸੀ ਕਮਰੇ ਦਾ ਮੀਂਹ ਆ ਗਿਆ ਫੀਡ ਭਿੱਜ ਗਈ ਉਹ ਪਾਤੀ ਗਾਂਜਾਂ ਨੂੰ ਮਸਟੈਟਸ ਇੱਕ ਨੂੰ ਠੀਕ ਹੋਵੇ ਦੂਜੀ ਨੂੰ ਡੇਢ ਟੀਕੇ ਤੇ ਟੀਕਾ ਉਹਨੇ ਵਾ ਕਮਲੇ ਕਰਤੇ ਪਸ਼ੂ 10,000 ਦੀ ਦਵਾਈ ਲਾਤੀ 2-3 ਗਾਂਜਾਂ ਖਰਾਬ ਕਰਨੇ ਇੱਕ ਦਾ ਥਣ ਜਮਾਂ ਹੀ ਖਤਮ ਹੋ ਗਿਆ ਘੱਟੋ ਘੱਟ ਹੀ ਮੈਂ 30,000 ਰੁਪਏ ਲੋਸ ਚ ਗਿਆ ਮਤਲਬ ਉਹ ਪਹਿਲਾਂ ਤੁਸੀਂ ਕਹਿ ਸਕਦੇ ਹੁਣ ਇੱਥੇ ਧੱਕੇ ਖਾਦੇ ਹਾਂ 3 ਰੁਪਿਆਂ ਦਾ ਤੇਲ ਮੱਚਿਆ ਭੋਲਾ ਹੁਣ ਗਿਆ ਚੁਆਈ ਸਟਾਰਟ ਕਰਨ ਲੱਗਿਆ ਤੇ ਬੋਰੀ ਮੌਕੇ ਤੇ ਚੱਕ ਕੇ ਲਿਆ ਇੱਕ ਬੋਰੀ ਇੱਥੇ ਰੱਖਦਾ ਇੱਥੇ ਪ੍ਰਬੰਧ ਤੁਹਾਨੂੰ ਪਤਾ ਦੇਖ ਹੀ ਰਹੇ ਹੋ ਹਜੇ ਫੀਡ ਵਾਲੇ ਕਮਰੇ ਦਾ ਸਟੋਰ ਦਾ ਪ੍ਰਬੰਧ ਨਹੀਂ ਹੈਗਾ ਨਹੀਂ ਹੈਗਾ ਆ ਬਾਉਂਡਰੀ ਵਗੈਰਾ ਮੈਂ ਕਰ ਲਈ ਡਾਕਟਰ ਧੀਰਜ ਗੋਇਲ ਆ ਪਿੱਛੇ ਜੇ ਮੈਂ ਤਾਂ ਇੱਕ ਵਾਰ ਮਿਲਾਉਂਗਾ ਵੀ ਵੈਸੇ ਉਹਨਾਂ ਨੂੰ ਗਵਰਨਮੈਂਟ ਪੋਸਟ ਤੇ ਆ ਮੈਨੂੰ ਕਹਿੰਦੇ ਆ ਗਏ ਮੇਰੇ ਕੋਲੇ ਮਨਪ੍ਰੀਤ ਮੇਰੀਆਂ ਗਾਂਜਾਂ ਬਹੁਤ ਬਿਮਾਰ ਮੈਂ ਬੜਾ ਪਰੇਸ਼ਾਨ ਇੱਕ ਗਾਂ ਮਰ ਵੀ ਗਈ ਕਹਿੰਦਾ ਯਾਰ ਮਨਪ੍ਰੀਤ ਤੇਰੀਆਂ ਗਾਂਜਾਂ ਨੂੰ ਨਜ਼ਰ ਲੱਗਦੀ ਹੈ ਅੱਛਾ ਤੇ ਮੈਂ ਆਪਣੇ ਆਮ ਪਿੰਡਾਂ ਦੇ ਵਿੱਚ ਕਹਿ ਦਿੰਦਾ ਮੈਂ ਹੱਸ ਪਿਆ ਮੈਂ ਕਿਹਾ ਸਰ ਨਜ਼ਰ ਨਾਂ ਦੀ ਨਾ ਤਾਂ ਕੋਈ ਚੀਜ਼ ਹੁੰਦੀ ਹੈ ਤੇ ਨਾ ਹੀ ਮੈਂ ਮੰਨਾ ਆ ਜਾ ਜੀ ਬੈਠ ਜਾ 2 ਮਿੰਟ ਹਨਾ ਤੇ ਮੈਂ ਕਿਹਾ ਵੀ ਨਾ ਹੀ ਮੈਂ ਮੰਨਾ ਬਿਲਕੁਲ ਜੀ ਕਹਿੰਦਾ ਯਾਰ ਤੂੰ ਮੰਨੇਗਾ ਮੈਂ ਕਿਹਾ ਦੱਸੋ ਕਿਵੇਂ ਕਹਿੰਦਾ ਬਾਈ ਮੰਨਣ ਦੀ ਗੱਲ ਇਹ ਹੈ ਕਹਿੰਦਾ ਨਾ ਇਹ ਨਜ਼ਰ ਨਹੀਂ ਹੁੰਦੀ ਇਹ ਨੈਗੇਟਿਵ એનર્ਜੀ ਹੁੰਦੀ ਹੈ એનર્ਜੀ ਹੁੰਦੀ ਹੈ ਜੀ ਕਹਿੰਦਾ ਜਦੋਂ ਯਾਰ ਕਿਸੇ ਨੇ ਤੈਨੂੰ ਆ ਗਿਆ ਕੋਈ ਬੰਦਾ ਉੱਪਰ ਹਨਾ ਤੇ ਉਹ ਤੈਨੂੰ ਪਤਾ ਤੂੰ ਕਿਵੇਂ ਗਾਂਜਾਂ ਨੂੰ ਮੈਨੇਜ ਕਰ ਰਿਹਾ ਕਿਵੇਂ ਸੰਭਾਲ ਲਿਆ ਹਨਾ ਹੁਣ ਮੈਂ ਕਹਿੰਦਾ ਹਲਾ ਕੋਈ ਯਾਰ ਐਵੇਂ ਤੁਰੇ ਫਿਰਦੇ ਆ ਭੋਂਕਦੇ ਆ ਹੁਣ ਫੀਡ ਦਾ ਗੱਟਾ ਲੈ ਕੇ ਤੇਲ ਮਚਾਉਂਦੇ ਹਨਾ ਉਹ ਕਹਿੰਦਾ ਯਾਰ ਤੇਰੀ એનર્ਜੀ ਹੈ ਜਿਹੜਾ ਤੇਰਾ ਦਿਮਾਗ ਆ ਹੋਰ ਪਾਸੇ ਲੱਗ ਜਾ ਤੂੰ ਯਕੀਨ ਮੰਨੋ ਮੇਰਾ ਧਿਆਨ ਇਧਰ ਹੀ ਰਹਿੰਦਾ ਮੈਨੂੰ ਕਹਿੰਦਾ ਤੂੰ ਕਿਹੜਾ ਜਵਾਕ ਨੂੰ ਪੜਾਉਂਦਾ ਹੋਏਗਾ ਯਾਰ ਸਕੂਲ 'ਚ ਜਾ ਕੇ ਵੀ ਤੂੰ ਗਾਂਜੇ ਪਰ ਫਿਰ ਵੀ ਮੈਂ ਜਿੱਥੇ ਕੋਸ਼ਿਸ਼ ਕਰਦਾ ਵੀ ਜਿੰਨਾ ਟਾਈਮ ਉਹਨਾਂ ਨੂੰ ਦੇਣਾ ਬੱਚਿਆਂ ਨੂੰ ਦਈਏ ਜੇ ਟਾਈਮ ਮੇਰੇ ਕੋਲ 10 ਮਿੰਟ ਵੀ ਵੱਜਦਾ ਮੈਂ ਧਿਆਨ ਇਧਰ ਲਾਉਣਾ ਉਹ ਆਪਣਾ ਫਾਰਮ ਤੇ ਹਾਂ ਹੋ ਸਕਦਾ ਅਗਲੇ ਮਤਲਬ ਜਿਹੜਾ ਕੰਮ ਆਪਾਂ ਜਦੋਂ ਕਰਦੇ ਆ ਜੀ ਕਰਦੇ ਆ ਹਾਂ ਉਹਦੇ ਉੱਥੇ ਕੰਮ ਆਪਾਂ એનર્ਜੀ ਲਾਉਣੀ ਹੈਗੀ ਜੇ ਸਕੂਲ 'ਚ ਆ ਤਾਂ ਸਕੂਲ ਦੇ ਕੰਮ ਤੇ ਜੇ ਆਪਾਂ ਫਾਰਮ ਜਾਈਏ ਤਾਂ ਫਾਰਮ ਦੇ ਕੰਮ ਹੁਣ ਮੈਂ ਘਰੇ ਨਹੀਂ ਗਿਆ ਹਜੇ ਤੱਕ ਅੱਧਾ ਕਿਲੋਮੀਟਰ ਘਰ ਆ ਮੈਂ ਇੱਥੇ ਰੁਕ ਗਿਆ ਵੀ ਆਪਾਂ ਦੇਖਣਾ ਵੀ ਉਹ ਫਿਰ ਮੈਨੂੰ ਮੈਂ ਕਿਹਾ ਜੀ ਤੁਹਾਡੀ ਇਹ ਗੱਲ ਸਹੀ ਹੈ ਨੈਗੇਟਿਵ એનર્ਜੀ ਵਾਲੀ ਵੀ ਆਪਣਾ ਧਿਆਨ ਡਿਵਰਟ ਹੋ ਜਾਂਦਾ ਹੈ ਡਿਵਰਟ ਹੋ ਜੇ ਨੈਗੇਟਿਵ ਲੱਗ ਜੇ ਦਿਮਾਗ ਨਾ ਸਭ ਆਪਣੇ ਮਾਈਂਡ ਕੌਨਸ਼ੀਅਸ ਸਬ ਕੌਨਸ਼ੀਅਸ 2 ਤਰ੍ਹਾਂ ਦੇ ਹੁੰਦੇ ਆ ਜੀ ਜੇ ਤਾਂ ਆਪਾਂ ਐਂ ਕਹਦੇ ਕਿ ਵੀ ਸਾਡੇ ਕੋਲ ਵਾਧੂ ਆ ਸਾਰਾ ਕੁਝ ਤਾਂ ਵਾਧੂ ਕਰ ਦੂ ਜੇ ਆਪਾਂ ਕਹਦਾ ਅਸੀਂ ਭੁੱਖੇ ਮਰ ਗਏ ਗਾਂਜਾਂ ਵਾਏ ਹੋ ਜੂ ਤਾਂ ਆਪਣੇ ਆਪ ਭੁੱਖੇ ਮਰ ਗੱਲ ਸਾਰੀ ਦਿਮਾਗ ਦੀ ਹੈ ਦਿਮਾਗ ਦੀ ਗੱਲ ਹੈ ਕਿਸੇ ਮਰਜ਼ੀ ਨੂੰ ਕਿਤਾਬ ਪੜ ਸਕਦੇ ਹੋ ਜੀ ਇੱਕ ਅਚੇਤ ਤੇ ਸਚੇਤ ਮਨ 300 ਰੁਪਏ ਦੀ ਆ ਜਾਂਦੀ ਹੈ ਜਿੱਥੋਂ ਮਰਜ਼ੀ ਖਰੀਦ ਲਓ ਆਪਣਾ ਦੂਸਰਾ ਚੈਨਲ ਆ ਜੀ ਮੋਟੀਵੇਸ਼ਨਲ ਮਾਸਟਰ ਉਹਦੇ ਉੱਤੇ ਮੈਂ ਇਦਾਂ ਦੀ ਵੀਡੀਓ ਪਾਉਂਦਾ ਰਹਿਣਾ ਜੀ ਤੇ ਹੁਣ ਆਪਾਂ ਗੱਲ ਕਰਦੇ ਸੀ ਜੀ ਪਿੰਜਰਿਆਂ ਦੀ ਜਿਵੇਂ ਹਨਾ ਪਿਛਲੀ ਵੀਡੀਓ ਪਾਈ ਹੈ ਮੈਂ ਸ਼ਾਰਟ ਚ ਦਿਖਾ ਦਿਆਂ ਆਪਣੇ ਬਾਈ ਕੀ ਤੇ ਜਿਹਨਾਂ ਵੀ ਹੋਈ ਗੱਲ ਬਾਗੇ ਪੁਰਾਣੇ ਵਾਲਿਆਂ ਨਾਲ ਵੀ ਉਹ ਕਹਿੰਦੇ ਵੀ 11,000 ਰੁਪਏ ਦਾ ਪਿੰਜਰਾ ਆਉਂਦਾ ਹੈ ਉਹ 'ਚ 2 ਬੱਚੀਆਂ ਖੜਦੀਆਂ ਹੁਣ ਕਈ ਵਾਰੀ ਆਪਣੀ ਮਜਬੂਰੀ ਹੋ ਜਾਂਦੀ ਹੈ ਵੀ ਇੰਨੇ ਪੈਸੇ ਨਹੀਂ ਹੁੰਦੇ ਹਨਾ ਤੇ ਅੱਜ ਹੁਣ ਮੈਂ ਤੁਹਾਨੂੰ ਪਿੰਜਰੇ ਦਿਖਾਵਾਂ ਅਸੀਂ ਸਕੀਮ ਲਾਈ ਇੱਕ ਜਿਵੇਂ ਆਪਾਂ ਕਹਿੰਦੇ ਦੇਸੀ ਜਗਾੜ ਲਾ ਕੇ ਆਪਣੇ ਕੋਲੇ ਆ ਪਿਆ ਸੀਗਾ ਸਮਾਨ ਆ ਆਪਣਾ ਕਮਰਾ ਹੈ ਜੀ ਵਿਚਾਰਿਆਂ ਦਾ ਹਜੇ ਪਸ਼ੂ ਬੱਚਿਆਂ ਵਾਸਤੇ ਸ਼ੈੱਡ ਵੀ ਨਹੀਂ ਬਣਿਆ ਆ ਕਮਰਾ ਜਨਰੇਟਰ ਤੇ ਮਸ਼ੀਨ ਦਾ ਸੀਗਾ ਦਿਖਾ ਦਿਓ ਮਸ਼ੀਨ ਦੀ ਹਜੇ ਲੋਡ ਨਹੀਂ ਹਾਂਜੀ ਜਨਰੇਟਰ ਪਿੱਛੇ ਲਾ ਗਿਆ ਆਪਣਾ ਜਨਰੇਟਰ ਪਿੱਛੇ ਲਾਤਾ ਜੀ ਪਿੱਛੇ ਲਾਤਾ ਜੀ ਇਹਨਾਂ ਨੂੰ ਇੱਕ ਸਾਈਡ ਕਰਕੇ ਤੇ ਆ ਜੋ ਕੈਮਰਾ ਆ ਦਿਖਾ ਦਿਓ ਜੀ ਪਿੰਜਰੇ ਹਨਾ
ਆ ਪਿੰਜਰਾ ਮੈਂ ਕਵਾੜ ਚ ਗਿਆ ਜੀ, ਸਮਾਨ ਇਕੱਠਾ ਕਰਿਆ, ਲਗਭਗ 2000 ਦਾ ਸਮਾਨ ਆਇਆ। ਮੈਂ ਮਿਸਤਰੀ ਨੂੰ ਕਿਹਾ ਇਹਨੂੰ ਜੜ ਦੇ ਯਾਰ, ਐ ਜੋੜ ਜੋੜ ਦੇ, 2.5 ਫੁੱਟ ਵਾਲੀ ਐ ਬਣਾਤੀ ਐ ਬਣਾਤੀ। ਉਹ ਇੱਕ ਬੱਚੀ ਨੂੰ ਪਰਲੇ ਪਾਸੇ ਕਰਤਾ ਜੀ, ਆ ਪਾਣੀਆਂ ਤੇ ਆ ਤਿੰਨਾਂ ਨੂੰ ਪਾਣੀਆਂ ਤੇ ਆ ਢੋਲ ਗਈਆਂ ਤਾਂ ਨਾ ਜੀ, ਅਸੀਂ ਜਿਹੇ ਜਿੱਥੇ ਆ ਗਈ ਵੱਡ ਵੱਡ ਪੀਪੀ ਤੇ ਆ ਗਈ ਕਾ ਗੋਲ ਐ ਆ ਚੌਰਸ ਐ ਹਨਾ ਜੀ, ਤੇ ਆਪਾਂ ਇਦਾਂ ਹੀ ਕਰਕੇ ਲਾਤਾ ਇਹ। ਮੈਂ 2500 ਰੁਪਏ ਚ ਤਿੰਨ ਬੱਚੀਆਂ ਦੇ ਪਿੰਜਰੇ ਤਿਆਰ ਕਰ ਲਏ 2500 ਰੁਪਏ ਦੇ। ਹਾਂ, ਤੇ ਜਿਹੜਾ ਕਿ ਲਗਭਗ 35000 ਤੋੜਨਾ ਨੀ ਹੁੰਦਾ ਜੀ। ਆਪਣੇ ਕਹਿੰਦੇ ਆ ਨਾ ਜਿਵੇਂ ਵੀ ਆਪਾਂ ਇਹਨਾਂ ਤੋਂ ਕੀ ਕਰਨਾ, ਇਹਨਾਂ ਦੀ ਗਰੋਥ ਕਰਾਉਣੀ ਆ। ਆਪਾਂ ਕਦਾੜੇ ਲਵਾਉਣ ਲੱਗ ਜਾਂਦੇ ਆ, ਕਈ ਮੈਂ ਦੇਖਿਆ ਫਾਰਮਰ ਉਹ ਕੀ ਆ, ਇਹਨਾਂ ਦੀ એનર્ਜੀ ਜਿਹੜੀ ਵੇਸਟ ਹੋ ਜੀ। ਇਹਨੂੰ ਤੈਨੂੰ 2.5 ਲੀਟਰ ਦਾ ਦੁੱਧ ਪਿਆ, 2 ਲੀਟਰ ਦਾ ਕਦਾੜਾਂ ਚ ਕੱਢ ਦੇਂਗੇ ਆਪਾਂ, ਇਹਨੂੰ ਕੁਝ ਨਹੀਂ ਕਰਾਉਣਾ, ਸਿੱਧਾ ਖਾਵੇ ਪੀਵੇ ਬੈਠੇ, ਉਹ ਇਹ ਕਹਿੰਦੇ ਆ। ਪਰ ਆਪਾਂ ਵੀ ਕਹਿੰਦੇ ਆ ਫਿਰ ਵੀ ਯਾਰ ਜਾਨਵਰ ਹੈ ਜਾਨ। ਮੈਂ ਉਹੀ ਗੱਲ ਕਰਦਾ ਸੀ, ਥੋੜਾ ਜਿਹਾ ਨਾ ਮੈਂ ਪਿੰਜਰਾ ਮੈਂ ਮੰਗਵਾ ਨਹੀਂ ਸਕਿਆ, ਇੱਕ ਮੰਗਵਾਉਣਾ ਸੀ। ਅਗਲੀ ਵੀਡੀਓ ਚ ਆਪਾਂ ਕਵਰ ਕਰ ਲਾਂਗੇ, ਪਿੰਜਰਾ ਆ ਰਿਹਾ ਆਪਣਾ, ਇੱਕ ਪਿੰਜਰਾ ਮੰਗਾਵਾਂਗੇ ਜਿਹੜਾ ਪੂਰਾ ਵੈਂਸ ਇਹਦਾ ਡੀ ਲੈਵਲ ਦਾ ਬਣਿਆ ਪਿਆ ਜੀ, 9000 ਰੁਪਏ ਦਾ, ਤੇ ਜਿਹੜੇ ਬਾਗੇ ਪੁਰਾਣੇ ਵਾਲੇ ਉਹ 11 ਦਿੰਦੇ ਆ। ਉਹਨਾਂ ਨੂੰ ਕੰਪੇਅਰ ਕਰਕੇ ਵੀ ਯਾਰ ਐਡੀ ਗੱਲਬਾਤ ਹੁੰਦੀ ਨੀ, ਆਪਣੇ ਲੋਕਾਂ ਚ ਹਊ ਆਪਣਾ ਆਪ ਯਾਰ, ਜੇ ਐਂ ਨੀ ਕਰੋਗੇ ਤਾਂ ਬਚਦੀਆਂ ਨੀ। ਹੁਣ ਤੁਹਾਡੇ ਸਾਹਮਣੇ ਵਧੀਆ ਸੀਮਨ ਦੀਆਂ ਬੱਚੀਆਂ ਆ ਵਿਚਾਲੇ ਬੈਠੀ ਹੈ, ਮੇਰਾ ਆਪਣਾ ਮਿੱਤਰ ਹੈ ਸੈਕ ਦੀ ਹੈ, ਡਾਕਟਰ ਹਰਦੀਪ ਹੈ, ਡਾਕਟਰ ਨੀ ਸੋਰੀ ਮੁੰਡਾ ਹਰਦੀਪ ਹੈ ਮਲਕਾਣਿਆਂ ਤੋਂ। ਉਹ ਮੈਨੂੰ ਕਹਿੰਦਾ ਬਾਈ ਹਾਂ ਬੱਚੀਆਂ ਮੈਂ ਰੱਖਣੀਆਂ ਨੀ, ਲੈ ਜਾ ਯਾਰ ਕਿੰਨੀ ਲੱਗਦੀ। ਮੈਂ ਨਾ ਬਾਈ ਤੂੰ ਦੱਸ, ਆ ਵਿਚਾਲੇ ਬੱਚੀ ਬੈਠੀ ਹੈ, ਇਹ ਹੁਣ ਲੈ ਕੇ ਆਏ ਤੁਸੀਂ? ਪਰਸੋਂ ਲਿਆਏ ਜੀ ਮੈਂ ਮੋਟਰਸਾਈਕਲ ਤੇ ਚੱਕ ਲਿਆ ਮਗਰ ਬੈਠਾ ਮੁੰਡਾ ਆਪਣੇ। ਮੈਨੂੰ ਕਹਿੰਦੇ ਯਾਰ ਤੂੰ ਕਮਲਾ ਹੋ ਗਿਆ, ਡਿੱਗ ਪਏਗਾ ਤੂੰ ਹੱਲ। ਬਾਈ ਯਾਰ ਬੱਚੀ ਮੈਨੂੰ ਮਿਲ ਗਈ 1500 ਰੁਪਏ ਦੀ, ਮੈਂ ਉਹਨੂੰ ਕਹਿੰਦਾ ਬਾਈ 1500 ਦੇ ਦੇ, ਮੈਂ ਉਹਨੂੰ ਦੇਤਾ ਤੇ ਚੱਕ ਲਿਆ ਬੱਚੀ। ਹੁਣ ਬਾਈ ਯਾਰ ਜੇ ਆਪਾਂ ਟੀਕਾ ਲਵਾਉਣਾ ਨਾਰਮਲ 500 ਤੋਂ ਘੱਟ ਨਹੀਂ ਨਾ, ਨਹੀਂ ਲੱਗਦਾ, ਤੇ ਇੰਨੀ ਵਧੀਆ ਬੱਚੀ ਹੈ ਇਹ, ਤੇ ਬਰਾਬਰੀ ਆਪਾਂ ਇਹਨਾਂ ਨੂੰ ਪਾ ਕੇ ਤੇ ਗੱਲਬਾਤ ਕਰਾਂਗੇ ਹਨਾ। ਠੀਕ ਹੈ ਜੀ, ਚਲੋ ਆ ਜਾਓ ਜੀ ਦੇਖਦੇ ਆਪਾਂ ਬੱਚੇ। ਸੋ ਇੱਕ ਨਾ ਜੀ ਕੋਈ ਵੀ ਭਰਾ ਕਈ ਵਾਰੀ ਇਹ ਵੀ ਕਹਿ ਦਿੰਦੇ ਆ ਕਿ ਜਿਹੜਾ ਇਹ ਜਗਾੜਮੈਂਟ ਕਰਾਇਆ ਹੋਇਆ ਨਾ ਤੁਸੀਂ, ਸਾਰਾ ਦੇਖਿਆ ਗਿਆ ਕਿ ਦੇਸੀ ਪਾਣਾ ਸਾਰਾ ਇਹਦੇ ਵਿੱਚ ਯੂਜ਼ ਕਰਿਆ ਹੋਇਆ। ਜਿਵੇਂ ਆਪਾਂ ਪਹਿਲਾਂ ਹੀ ਵੀਡੀਓ ਕੀਤੀਆਂ ਨੇ ਕਿ ਮਿਲਕ ਪਾਰਲਰ ਦੀ ਗੱਲ ਕਰੀ ਸੀਗੀ ਇੱਥੇ ਹਨਾ ਆਪਾਂ, ਸੋ ਫਾਰਮ ਦੀ ਗੱਲ ਕਰੀ ਹੋਈ ਹੈ, ਫਾਰਮ ਦੇ ਵਿੱਚ ਵੀ ਆ ਗਈਆਂ ਬਸ ਚੋਇਸ ਸਟਾਰਟ ਹੋਣ ਲੱਗੀ ਹੈ। ਉਹਨੇ ਆਪਾਂ ਪਾਣੀ ਬਾਰੇ ਗੱਲ ਕਰੀ ਜੀ। ਹਾਂ, ਸੋ ਨਾ ਉਹਦੇ ਵਿੱਚ ਗੱਲ ਹੋਈ ਸੀਗੀ ਕਿ ਇਹ ਸਿਰਫ ਜਿਹੜਾ ਜਿਵੇਂ ਆਪਾਂ ਲੋਨ ਲੈ ਲੈਣੇ ਹਨਾ ਕਿਸੇ ਤੋਂ, ਲੋਨ ਨੂੰ ਹਜ਼ਮ ਕੀਤਾ ਹੋਇਆ ਗਾ। ਕਈ ਬੰਦੇ ਨੇ ਇਹ ਸਵਾਲ ਕੀਤਾ ਸੀਗਾ ਵੀ ਬਾਈ ਇਹ ਤਾਂ ਲੋਨ ਨੂੰ ਹਜ਼ਮ ਕੀਤਾ ਹੋਇਆ ਗਾ। ਉਹਨੇ ਗੱਲਾਂ ਨਹੀਂ ਹੁੰਦੀਆਂ, ਸੋ ਉਹ ਉਦਾਂ ਦੀ ਗੱਲ ਨਹੀਂ ਹੈਗੀ ਕਿ ਇਹ ਸਿਰਫ ਅਸੀਂ ਉਹਨਾਂ ਲਈ ਮੋਟੀਵੇਟ ਗੱਲ ਕਰਦੇ ਹਾਂ ਵੀ ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਆ ਪਰ ਉਹਨਾਂ ਕੋਲ ਇਨਵੈਸਟਮੈਂਟ ਇੰਨੀ ਨਹੀਂ ਹੁੰਦੀ ਗੀ, ਸੋ ਉਹਨਾਂ ਲਈ ਇਹ ਅਸੀਂ ਗੱਲਬਾਤ ਜਿਹੜੀ ਇਹ ਕਰਦੇ ਰਹਿੰਦੇ ਹਾਂ ਜੀ। ਇੱਕ ਆਪਾਂ ਅਗਲੀ ਵੀਡੀਓ ਜੀ ਬਣਾਵਾਂਗੇ ਸਪੈਸ਼ਲ ਪਾਣੀ ਤੇ, ਤੁਸੀਂ ਆ ਮਾੜਾ ਦਿਖਾ ਦਿਓ ਵਿੱਚ, ਆਪਾਂ 2 ਮਿੰਟ ਦੀ ਚ ਨਵੇੜ ਦਿਆਂਗੇ। ਆ ਨਲਕਾ ਲੱਗਿਆ ਜੀ, ਇਹਨੂੰ ਕੁੱਤਾ ਨਲਕਾ ਕਹਿੰਦੇ ਆ। ਅੱਛਾ ਜੀ, 1100 ਰੁਪਏ ਦਾ ਮਿਲਿਆ ਜੀ ਇਹ। ਹੁਣ ਮੈਂ ਆਪਣੇ ਪਿੰਡ ਦੇ ਵਿੱਚ ਟੂਟੀ ਉਧਰ ਦੇਖੋ ਘਰ ਹੈਗੇ ਆ ਨਾ, ਆਉਂਦੀ ਸੀ। ਅੱਛਾ ਜੀ, ਮੈਨੂੰ ਕਹਿੰਦੇ ਵੀ ਟੂਟੀ ਲੱਗ ਜੂ, ਲਗਭਗ 700 ਲੀਟਰ ਪਾਣੀ ਆਉਂਦਾ। ਉਥੋਂ ਅਸੀਂ ਪਾਈਪ ਦੱਬ ਲਿਆਂਦੀ। ਆ ਜਿਹੜਾ ਆਪਣਾ ਮਿਲਕਿੰਗ ਪਾਰਲਰ ਬਣਾਇਆ ਨਾ, ਇਹਦੇ ਥੱਲੇ ਆ ਜੀ ਡੱਗੀ। ਅੱਛਾ, ਇਹਦੇ ਥੱਲੇ ਆ ਜੀ, ਥੱਲੇ ਆ ਡੱਗੀ, ਲਗਭਗ 8 ਕੁ ਫੁੱਟ ਡੂੰਗੀ ਆ ਤੇ 6 ਫੁੱਟ ਚੌੜੀ ਆ। ਅੱਛਾ ਜੀ, ਆਈਡੀਆ ਉੱਚ ਜੀ 5 ਤੋਂ ਲੈ ਕੇ 7-8000 ਲੀਟਰ ਪਾਣੀ ਸਟੋਰ ਹੋ ਜੂ। ਉਹਦੇ ਵਿੱਚ ਡਾਇਰੈਕਟ ਪਾਣੀ ਆ ਜਾਂਦਾ, ਉਹ ਤੇ ਮੈਂ ਨਲਕਾ ਲਾਤਾ। ਅੱਛਾ, ਉਹਦੇ ਉੱਪਰ ਨਲਕਾ ਲਾਤਾ ਜੀ। ਹਾਂ, ਪਸ਼ੂ ਨੂੰ ਪੀਣ ਲਈ ਚਾਹੀਦਾ ਈਸੀ ਹੁੰਦੀ ਆ, ਇਲੈਕਟ੍ਰੋਨਿਕ ਕੰਡਕਟੀਵਿਟੀ ਪਸ਼ੂ ਨੂੰ, ਜਿਵੇਂ ਆਪਾਂ ਪੀਣ ਪਾਣੀ ਕਹਿੰਦੇ ਨੇ ਆਰੋ ਦਾ ਮਾੜਾ, ਉਹਨਾਂ ਤੇ ਵੀ ਗੱਲਬਾਤ ਕਰਾਂ ਵੀ ਟੂਟੀ ਦਾ ਚੰਗਾ ਜਾਂ ਜੋ ਵੀ ਆ। ਇਹ ਚ ਟੂਟੀ ਦਾ ਪਾਣੀ ਆ, ਤੂੰ ਯਕੀਨ ਮੰਨਿਓ ਆ ਖੇਲ ਨੂੰ ਨਾ ਇਹ ਭਰਨ ਨਹੀਂ ਦਿੰਦੇ, ਪਸ਼ੂ ਪੀ ਰੱਖਦੇ ਆ ਜੀ। ਆਜੋ ਅੱਗੇ ਖੇਲ ਦਿਖਾ ਦਿੰਦੇ, ਉਹ ਤੇ ਆਪਣਾ ਬੰਬੀ ਦਾ ਪਾਣੀ ਆ। ਬੰਬੀ ਦੀ ਈਸੀ ਹੈਗੀ ਆ ਜੀ 4600। ਅੱਛਾ, ਇਹਦੀ ਹੁੰਦੀ ਆ 250 ਆਪਣਾ ਟੂਟੀ ਦਾ ਜਿਹੜਾ ਵਾਟਰ ਬਾਕਸ ਦਾ ਜੀ, ਤੇ ਆਪਾਂ ਜਿਹੜਾ ਆਰਓ ਦਾ ਪੀਨੇ ਆ ਫਿਲਟਰ ਦਾ ਪਾਣੀ ਜਾਂ ਬਿਸਲਰੀ ਬੋਤਲਾਂ ਵਾਲਾ, ਉਹ 50 TDS ਦਾ ਹੁੰਦਾ। ਅੱਛਾ ਜੀ, ਹਨਾ ਜੀ, ਵੀ 50 ਇਹ ਜੇ 2500 ਤੱਕ ਆਪਣੇ ਪਸ਼ੂ ਉਹ ਸਹੀ ਪੀਂਦੇ ਆ, ਤੇ ਟੈਂਪਰੇਚਰ ਵੀ ਇਹਦਾ 25 ਡਿਗਰੀ ਚਾਹੀਦਾ। ਵੀ ਮੰਨ ਲਓ ਹੱਥ ਡਬੋ ਕੇ ਆਪਾਂ ਨੂੰ ਠੰਡਾ ਲੱਗੇ, ਆ ਖੇਲ ਆਈ ਦੂਸਰੀ, ਵੀ ਠੰਡਾ ਲੱਗੇ, ਜੇ ਗਰਮ ਹੋ ਜੂ ਪਸ਼ੂ ਨੂੰ ਰੱਜ ਕੇ ਨਹੀਂ ਪੀਣਗੇ। ਕਈ ਵਾਰੀ ਆਪਾਂ ਖੁਰਾਕ ਪਾ ਦਿੰਦੇ ਆ, 4 ਚੀਜ਼ਾਂ ਹੀ ਮੇਨ ਇਹ ਚ, ਬਰੀਡ, ਫੀਡ ਮੈਨੇਜਮੈਂਟ ਤੇ ਮਾਰਕੀਟਿੰਗ। ਇਹਦੀ ਗੱਲ ਕਰੀਏ, ਬਰੀਡ ਤੇ ਆਪਣੀਆਂ ਆਲਰੇਡੀ 2 ਵੀਡੀਓ ਆ ਚੁੱਕੀਆਂ, ਫੀਡ ਤੇ ਵੀ ਵੀਡੀਓ ਆ ਗਈਆਂ, ਮੈਨੇਜਮੈਂਟ ਦੀ ਆਪਾਂ ਅਗਲੀ ਗੱਲ ਚ ਕਰਾਂਗੇ, ਮੈਨੇਜਮੈਂਟ ਵੀ ਸਾਂਭ ਸੰਭਾਲ ਕਿਵੇਂ ਕਰਨੀ ਹਨਾ, ਤੇ ਮਾਰਕੀਟਿੰਗ ਦੀ ਵੀ ਅੱਗੇ ਗੱਲ ਕਰਾਂਗੇ। ਮੈਨੇਜਮੈਂਟ ਦੇ ਵਿੱਚ ਇੱਕ ਪਾਣੀ ਆਉਂਦਾ ਜੀ, ਜੇ 25 ਡਿਗਰੀ ਦਾ ਪਾਣੀ ਹੈ ਨਾ, ਪਸ਼ੂ ਸਹੀ ਪੀਣਗੇ। ਮੈਂ ਉਹਨੂੰ ਕਹਿੰਦੇ ਇਹਨੂੰ ਵੇਸਟ ਕਰ ਦਿਓ, ਡੋਲ ਦਿਓ, ਜੇ ਸਰਦੀਆਂ ਚ ਜ਼ਿਆਦਾ ਠੰਡਾ ਹੁੰਦਾ ਜਾਂ ਗਰਮ ਹੁੰਦਾ, 25 ਤੇ ਹੀ ਰੱਖਣਾ ਹੁੰਦਾ। ਨਹੀਂ ਫਿਰ ਡਿਗਰੀ ਮੰਨਦੇ ਹੋ ਤੁਸੀਂ? ਅੰਦਾਜ਼ਾ ਹੀ ਆ ਜੀ, ਹੱਥ ਲਾ ਕੇ ਪਤਾ ਲੱਗ ਜਾਂਦਾ। ਤੁਸੀਂ ਆਪਣੇ ਕੋਲ ਪਈ ਆ ਥਰਮਾਮੀਟਰ ਲਾ ਲਓ, ਹੱਥ ਲਾ ਕੇ ਪਤਾ ਲੱਗ ਜਾਂਦਾ। ਵੱਡੇ ਫਾਰਮਰਾਂ ਦੇ ਵਿੱਚ ਆਲਰੇਡੀ ਇਹ ਮਿਲਦੇ ਆ ਚੀਜ਼ਾਂ, ਦੇਖਦੇ ਆ, ਤਾਂ ਹੀ ਉਹ ਪਰਫਾਰਮੈਂਸ ਆਉਂਦੀ ਆ ਅੱਗੇ ਜੀ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਜੀ, ਇਹ ਚੀਜ਼ਾਂ। ਹਾਂਜੀ, ਬਹੁਤ ਹੀ ਜ਼ਿਆਦਾ ਇਹ ਗੱਲਾਂ ਨਾ ਬਰੀਕੀਆਂ ਹੁੰਦੀਆਂ, ਹੈ ਕੁਝ ਵੀ ਨਹੀਂ ਗੱਲ, ਤੇ ਇਹ ਬਰੀਕੀਆਂ ਹੁੰਦੀਆਂ ਜੀ ਜੀ। ਹੁਣ ਆਪਾਂ ਜੇ ਗੱਲ ਕਰੀਏ ਮੈਨੇਜਮੈਂਟ ਦੀ ਥੋੜੀ ਬਹੁਤੀ,
आ देख सकते हो सारियां लगभग इच प्रेगनेंट है मेरिया 12 तो 15 गाइयां मच्छर भी थोड़ा जिहा गारा भी दिख रहा है ना वीर मेरे नेगेटिव चीज ना देखा करो पशु है पशु का ढिड भर गया सही खुराक मिल गई बी कोई गारा नहीं कुछ कहना कोई नहीं कहना उन्हें परफॉर्मेंस दे ही देनी है बड़े फार्म जाओगे गोड्या तक गाइया खुबियां पी होंगे है ना चीजा चाह पे जाइए तो वह कितना कितने अपन चलो वक्री गल है सफाई जरूरी सफाई बहुत जरूरी है हाँ। अगली बार कर सवेरे कल मैं बी जी आए इतने स्पेशली एतवार वैसे आना 2 घंटे आ जाते अपने को फार्मर मित्र पेरे चलो वखरिया वखरिया गल्लां करदे आ गलबात जिवें हुण बच्चियां नूं अलग तो रख के फीड देनी है गाइया हुण इहदे विच ग्रुपिंग है फीड मैं कल्ली जिहड़ी खवाउणा सिर्फ 4 किलो उत्थे चवाई दे टाइम ते खवाउणा कोशिश कर लो देखो इथे कितना कितने फंगस का खतरा है वैसे डेली झाड़ू मार दे करने भोले भी इथे आप जे की थोड़ी पद्धर करके टाइल लाती मतलब पहले साल कोई भी काम है नहीं ओदा हिसाब आंदा दूजे भी आंदा तीजे जाके पैसे बचते मैनू तीजा आ गया मैं कहना इन्ने ज्यादा पैसे मतलब ही नहीं पैसा का यार बी आनंद आनंद क्योंकि जो आप मेहनत करते हैं किसी मंजिल से पहुंचते हैं जी हाँ। अपन आनंद आगे स्ट्रगल की है ना इस काम के गुरु नानक देव जी बाबे नानक नहीं छड्डा जी मैं अगे दी आप कोशिश करते हैं बेटर तो बेटर दे नेगेटिविटी बारे ना सोचा करो जी नेगेटिविटी शुरू तो ही होंदी आ रही है जिहड़े बंदे काम करदे आ जिहड़े बंदे कुछ अगे करना चाहुंदे आ सो उन्हां दीआं लत्तां हमेशा खिचियां ही जाणियां ने किन्ना मर्जी द्वारा खिचियां जाण पर उह खिचियां जरूर जाणियां सो तुसीं इन्हां गल्लां दा ध्यान रखणा कि चाहे कहे कोई भी बंदा तुहानूं कोई जे तुसीं काम कर रहे हो आपदे फील्ड दे विच जे कोई तुहानूं कहे ना वी यार इह काम चंगा नहीं हैगा सो तुसीं देखणा वी भाई जी कहिंदे आ करदे वी गल्लां कढदे आ तुसीं यकीन मन्नो मैं मास्टरी दी नौकरी छड्डण नूं तैयार आ मैनूं करदे आ कहिंदे नहीं तूं पशुआं च पशु हो जाएगा पर देखो जी मैं कहना पशु हो जाऊं मैनू 5 लाख रुपया महीने का मैं कहना अगले 3 महीने च बचूगा पशु की कर लू उधर तो मैं 50 भी नहीं मिलता सही गल है समझ गए भी जो पैसा पैसे नाल ही सब कुछ है ना चवाई भी दिखा सकते हो लाइव भाई भोले ने स्टार्ट करते सो सानू मास्टर जी एक मैं मेन गल करनी चाहूंगा कि तुसी फार्मर भरावां नू वैसे की कहना चाहोगे एंड ते आपां वीडियो समाप्ति करते हैं जी हुण जी कहना तो मैं यही चाहना जी भी थोड़ा जिहा वीरो जिथे आपकी गलती उहनू मनना सीखो जी हुण चलो गल गलत हो जाती है बजुर्ग जब बल्द हुंदा उन्हूं जोड़ के 2 किलोमीटर 2.5 अपना खेत हुंदा 1.25 घंटे च पहुंचता है जाके हरा वढ़दे आ हुण अजकल जवार जमा सुक्की पई आ भाई आप नहीं ऐ पानी लिया के पा देणगे भाई यार गां बीमार हो गई मज हुण मज गां करू की उत्थे हैं जदों तुसीं उहनूं खाण नूं नहीं चंगा दित्ता हुण मैं तुरिया फिरदा बाहर जे मैं हुण कहिंदा मैं भुखे ही तुरिया फिरूं किवें काम कर लूं हैना खुराक तां नाल जरूरी आ उहनां नूं वधिया खवाओ यार फिर भी परफॉर्मेंस देणी आ किन्ना खा जाणी आ मैं कहिंदा जिन्ना पशु नूं खवाता यकीन मान लो मैं नहीं कहना ब्रीड जी मर्जी है चंगी है माड़ी है वो वक्री गल है जो 100 रुपये खवाता सू 30-40 रुपये तो बचाऊगा 130-40 सू कमा के दू ही दू वो वक्री गल है गलती करके कि ना कि कोई नुक्स पै जाए जिथे आपकी गलती मनना सीखो सही तरीके केयर करो एवं बेचारे पशुओं का पाप ना लो है ना सो सारे दोस्तों का धन्यवाद जी
ਵੀਡੀਓ ਸੀਗੀ ਇਸ ਕੁਝ ਗੱਲਾਂ ਤੁਹਾਡੇ ਨਾਲ ਬਹੁਤ ਜ਼ਰੂਰੀ ਕਰਨੀਆਂ ਸੀਗੀਆਂ ਜਿਹੜੇ ਵੀਰ ਭਰਾ ਆ ਜੇ ਬਾਕੀ ਆਪਾਂ ਅੱਗੇ ਵੀ ਬਣਾਵਾਂਗੇ ਵੀਡੀਓ ਮੈਨੇਜਮੈਂਟ ਤੇ ਮਾਰਕੀਟਿੰਗ ਦੀ ਜੀ ਮਾਰਕੀਟਿੰਗ ਬਹੁਤ ਜ਼ਰੂਰੀ ਹੈ ਸੋ ਬਹੁਤ ਤਰੀਕੇ ਦੀਆਂ ਵੀਡੀਓ ਜੀ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਅਸੀਂ ਸੋ ਨਵੀਂ ਤੋਂ ਨਵੀਂ ਜਾਣਕਾਰੀ ਸਾਡਾ ਮੋਟਿਵ ਹੁੰਦਾ ਜੀ ਜਾਣਕਾਰੀ ਲੈ ਕੇ ਆਉਣ ਦਾ ਬਸ ਇੱਕ ਫਾਰਮਾ ਦੋ ਫਾਰਮਾ ਸਾਡਾ ਉਹ ਤੱਕ ਮਤਲਬ ਨਹੀਂ ਹੁੰਦਾ ਤੁਹਾਨੂੰ ਨਵੇਂ ਫਾਰਮ ਵੀ ਜ਼ਰੂਰ ਦਿਖਾਵਾਂਗੇ ਨਵੀਆਂ ਵੀਡੀਓਜ਼ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ ਪਰ ਮੇਨ ਗੱਲ ਹੁੰਦੀ ਹੈ ਜੀ ਜਾਣਕਾਰੀ ਦੀ ਠੀਕ ਹੈ ਚੰਗੀ ਜਾਣਕਾਰੀ ਮਿਲ ਜੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਤੁਹਾਨੂੰ ਫਾਰਮ ਬਾਰੇ ਦੱਸਣਾ ਸੀ ਮਾਸਟਰ ਜੀ ਹੋਰਾਂ ਨੇ ਆਪਦੀ ਗੱਲਬਾਤ ਸਾਰੀ ਤੁਹਾਡੇ ਨਾਲ ਰੱਖਣੀ ਸੀਗੀ ਚੰਗੀ ਲੱਗੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਚੈਨਲ ਨੂੰ ਸੋ ਸਾਰਿਆਂ ਦਾ ਧੰਨਵਾਦ ਜੀ ਥੈਂਕ ਯੂ ਸ਼ੁਕਰੀਆ ਬਹੁਤ ਬਹੁਤ ਧੰਨਵਾਦ।